ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ, ਜਿੱਥੇ ਕਿ ਅੰਮ੍ਰਿਤਸਰ ਦੀ ਮਸ਼ਹੂਰ ਹੋਲਸੇਲ ਮਾਰਕੀਟ IDH ਮਾਰਕੀਟ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ 20 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਦੁਕਾਨਦਾਰ ਅਤੇ ਪਰਿਵਾਰਕ ਮੈਂਬਰਾਂ ਨੇ ਕੋਈ ਬਿਆਨ ਨਹੀਂ ਦਿੱਤਾ, ਪਰ ਆਸੇ ਪਾਸੇ ਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਇਹ ਇੱਕ ਗਿਫਟ ਦੀ ਦੁਕਾਨ ਸੀ, ਜਿੱਥੇ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਇਹ ਸਾਰੀ ਅੱਗ ਜਣੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਸਥਾਨਕ ਲੋਕ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਨਾਲ ਉਹਨਾਂ ਦੀ ਮਦਦ ਕਰ ਰਹੇ ਨੇ। ਜਿਹੜੀ ਅੱਗ ਲੱਗੀ ਇਹਦੇ ਪਹਿਲਾਂ ਸ਼ੋਰਟ ਸਰਕਟ ਦੇ ਨਾਲ ਲੱਗੀ। ਅੱਗ ਕਿਹੜੀ ਜਗ੍ਹਾ ਲੱਗੀ ਹੈ ਜੀ? IDH ਮਾਰਕੀਟ, ਨਿਊ IDH ਮਾਰਕੀਟ, 35 ਨੰਬਰ ਏਸ਼ੀਅਨ ਗਿਫਟ ਸੈਂਟਰ 'ਤੇ ਲੱਗੀ ਅੱਗ। ਇੱਕ ਸਟੋਰ 'ਤੇ ਲੱਗੀ, ਉਸ ਤੋਂ ਬਾਅਦ ਫੈਲਦੀ ਫੈਲਦੀ ਸਾਰੀ ਜਗ੍ਹਾ 'ਤੇ ਅੱਗ, ਜਿਹੜੀ ਉਹਨਾਂ ਦੀ 6 ਮੰਜ਼ਿਲਾ ਬਿਲਡਿੰਗ ਹੈ ਉਹ 6 ਮੰਜ਼ਿਲਾਂ 'ਤੇ ਅੱਗ ਜਿਹੜੀ ਪਹੁੰਚ ਗਈ ਹੈ, ਔਰ ਫਾਇਰ ਬ੍ਰਿਗੇਡ ਨੂੰ ਅੱਗ ਜਿਹੜੀ ਬੁਝਾਉਣੀ ਬੜੀ ਮੁਸ਼ਕਲ ਆ ਰਹੀ ਹੈ। ਉਹਦਾ ਮੇਨ ਕਾਰਨ ਜਿਹੜਾ ਇਹਨਾਂ ਨੇ IDH ਦੇ ਅੰਦਰ ਥੜੇ ਵਧਾਏ ਨੇ, ਉਹਦੇ ਕਰਕੇ ਫਾਇਰ ਬ੍ਰਿਗੇਡ ਅੱਗੇ ਨਹੀਂ ਆਏ, ਉਹਦੇ ਕਰਕੇ ਉਹ ਬਹੁਤ ਜ਼ਿਆਦਾ ਦਿੱਕਤ ਆਈ ਉਹਨੂੰ। ਇਸ ਕਰਕੇ ਮੇਰੀ ਰਿਕੁਐਸਟ ਹੈ ਕਿ ਤੇ ਬਿਜਲੀ ਵਾਲਿਆਂ ਨੂੰ ਖਾਸ ਕਰਕੇ ਜਿਹੜਾ ਕੱਲ੍ਹ ਦਾ ਸ਼ੋਰਟ ਸਰਕਟ ਹੋ ਰਿਹਾ ਸੀ, ਫੋਨ ਕੀਤੇ ਨੇ ਉਹਨਾਂ ਨੂੰ, ਲੇਕਿਨ ਉਹ ਉਹਨਾਂ ਨੇ ਕੇਅਰ ਨਹੀਂ ਕੀਤੀ। ਇਹ ਵੀ ਜਿਹੜੀ ਅੱਗ ਹੈ ਸ਼ੋਰਟ ਸਰਕਟ ਦੇ ਨਾਲ ਹੋਈ ਹੈ, ਔਰ ਅਗਰ ਫਾਇਰ ਬ੍ਰਿਗੇਡ ਦੀ ਗੱਡੀ ਟਾਈਮ ਸਿਰ ਤਾਂ ਆ ਗਈ, ਲੇਕਿਨ ਉਹ ਅੰਦਰ ਨਹੀਂ ਆ ਸਕੀ। ਅਗਰ ਆ ਜਾਂਦੀ ਤਾਂ ਇੰਨਾ ਨੁਕਸਾਨ ਨਾ ਹੁੰਦਾ। ਉਹਦਾ ਨਾ ਆਉਣ ਦਾ ਕਾਰਨ ਜਿਹੜੇ ਇਹਨਾਂ ਨੇ ਵਧਾਏ ਹੋਏ ਥੜੇ ਨੇ। ਸੁਲਤਾਨਾ ਬਿਲਡਿੰਗ ਡਿਵੀਜ਼ਨ ਤੋਂ ਪੋਸਟ ਵਾਰਡਨ ਹਾਂ ਮੈਂ। ਸਾਨੂੰ ਸੂਚਨਾ ਮਿਲੀ ਉੱਥੇ ਤਾਂ ਫੌਰਨ ਪਹੁੰਚੇ, ਸਾਨੂੰ ਪਹੁੰਚਣ ਇੱਥੇ 1.5 ਘੰਟਾ ਹੋ ਚੁੱਕਾ ਹੈ। ਅੱਗ ਤਾਂ ਇਹਦਾ ਕਾਬੂ ਵੀ ਪੈ ਰਿਹਾ, 1ਮੰਜ਼ਿਲ 'ਤੇ ਪਿਆ, ਉੱਤੇ 3 ਮੰਜ਼ਿਲਾਂ ਤੱਕ ਬੱਚੀ ਹੋਈ ਹੈ, ਅਤੇ ਫਾਇਰ ਬ੍ਰਿਗੇਡ ਦੇ ਕੋਲ ਇੰਨੇ ਸਾਧਨ ਨਹੀਂ ਹੈਗੇ ਕਿ ਉਹਨਾਂ ਕੋਲ ਨਾ ਤਾਂ ਪੈਪਾਂ ਸਹੀ ਨੇ ਨਾ ਪੌੜੀਆਂ ਨੇ ਉੱਚੀਆਂ। ਪੌੜੀ 1ਮੰਜ਼ਿਲ 'ਤੇ ਜਾਂਦੀ, ਇਸ ਕਰਕੇ ਅੱਗ ਜਿਹੜੀ 2 ਅਤੇ 3 ਮੰਜ਼ਿਲ 'ਤੇ ਕੰਧਾਂ ਬਾੜ ਚੁੱਕੀਆਂ ਨੇ, ਹੋ ਸਕਦਾ ਕੋਈ ਡਿੱਗ ਕੇ ਨੁਕਸਾਨ ਹੋਵੇ। ਇਹਦਾ ਸਾਧਨ ਜਿਹੜਾ ਜ਼ਰੂਰੀ ਕਰਨਾ ਜਵਾੜੀਆਂ, ਅਤੇ ਸਿਵਲ ਸਰਵਿਸ ਦਾ ਕੰਮ ਸੀ ਇਹ ਹੁੰਦਾ ਜੀ, ਕੋਈ ਕੁਦਰਤੀ ਆਫਤ ਆਵੇ ਅਸੀਂ ਉੱਥੇ ਪਹੁੰਚ ਕੇ ਆਪਣਾ ਜੋ ਕੁਦਰਤ ਵੱਲੋਂ ਦਸਤੂਰ ਹੈ ਇਨਸਾਨੀ ਨਾਤੇ ਨਾਲ ਅਸੀਂ ਪੂਰਾ ਕਰਦੇ ਨਿਭਾਉਂਦੇ ਹਾਂ, ਔਰ ਬਿਨਾਂ ਪੈਸਿਆਂ ਤੋਂ ਕਰਦੇ, ਕੋਈ ਸਾਡੀ ਤਨਖਾਹ ਨਹੀਂ, ਕੋਈ ਸਾਡੀ ਪੇ ਨਹੀਂ। ਡਿਫੈਂਸ ਫੌਜ ਜਿਹੜੀ ਹੈ ਬਾਰਡਰ ਦੇ ਲੜਦੀ, ਸ਼ਹਿਰ ਦੇ ਵਿੱਚ ਲੜਦੇ, ਇਹ ਸਾਡਾ ਮਿਸ਼ਨ ਹੈ ਜੀ। ਨੁਕਸਾਨ ਦੇ ਘੱਟੋ ਘੱਟ ਨੁਕਸਾਨ ਦਾ ਕੋਈ ਅਨੁਮਾਨ ਨਹੀਂ ਹੈਗਾ, ਔਰ ਇਹ ਨੁਕਸਾਨ ਸਾਡੇ ਹਿਸਾਬ ਦੇ ਨਾਲ 20-25 ਲੱਖ ਤੋਂ ਉੱਤੇ ਜਾਏਗਾ ਜਿਹੜਾ ਹੈਗਾ ਮਾਰਕੀਟ। ਅੱਗ ਹਾਈਟ ਮਾਰਕੀਟ 35 ਨੰਬਰ ਦੁਕਾਨ ਤੋਂ ਸ਼ੁਰੂ ਹੋਈ ਹੈ, IDH ਮਾਰਕੀਟ ਤੋਂ 35 ਨੰਬਰ ਦੁਕਾਨ ਤੋਂ ਅੱਗ ਸ਼ੁਰੂ ਹੋਈ ਹੈ। ਅੰਮ੍ਰਿਤਸਰ ਤੋਂ ਸਿਮਰਪ੍ਰੀਤ ਸਿੰਘ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।